ਦਰਵਾਜ਼ਾ ਸਰਕਾਰ ਫਿਟਿੰਗ ਹੋ ਗਿਆ ਅਲਹਮਦੁਲਿਲਾ। ਪਰ ਗਰਮੀ ਆ ਨਾਲ ਨਾ ਕੁੱਤੇ ਨਾਲ ਵਾਹਲੀ ਭੈੜੀ ਭਾਈ ਜ਼ੁਬਾਨ ਨਿਕਲ ਆਈ ਹੈ, ਬਹੁਤ ਜ਼ਿਆਦਾ ਗਰਮੀ ਹੈ, 51 ਦਾ ਟੈਂਪਰੇਚਰ ਗਿਆ ਇੱਥੇ। ਅਸਲਾਮ ਅਲੈਕਮ ਲੋ ਜੀ, ਸਰਕਾਰ ਅਸੀਂ ਸੁਬਹ ਸੁਬਹ ਉੱਠੇ ਦੇ ਹਾਂ, ਕਾਲ ਆ ਗਈ, ਸਾਡੀ ਏਟੀਐਮ ਮਸ਼ੀਨ ਆ ਗਈ ਹੈ, ਦਾਦੂ ਨੇ ਪਾਈ ਮਾਸ਼ਾਅੱਲਾ ਰੰਗ ਮਾਰ ਕੇ ਸਾਰਾ ਚਮਕਾ ਚਮਕੋ ਦਿੱਤਾ। ਕਹਾਂ ਯਾਰ ਪਿੰਡ ਤੋਂ ਸੁੱਕ ਗਿਆ, ਆਪ ਆਪਣਾ ਏਟੀਐਮ ਲਗਾਓ। ਏਟੀਐਮ ਮਸ਼ੀਨ ਆ ਗਈ, ਆਪਣਾ ਅੱਲਾ ਆ ਗਿਆ, ਉਹਦੇ 'ਤੇ ਕਲੈਡਿੰਗ ਵੀ ਆਪਣੀ ਆ ਚੁੱਕੀ ਹੈ। ਵੱਡੀ ਗੱਡੀ ਦੇ ਵਿੱਚ ਸਰਕਾਰ ਸਾਡੀ ਕਲੈਡਿੰਗ ਦੇ ਆਏ ਨੇ, ਬਸ 2 ਪੀਸ ਨਾਲ ਬੈਂਕ ਦਾ ਗੇਟ ਆਇਆ ਵੱਡਾ, ਉਹ ਵੇਖ ਰਹੇ ਹੈ ਸਿਕਿਉਰਿਟੀ ਗੇਟ ਹੈ। ਪੰਦਰਾਂ ਮੀਟਰ ਗਾੜੀ ਮੇ 10 ਮੀਟਰ ਕੇ ਯੇ 2 ਪੀਸ ਲੈ ਕੇ ਉਸਤਾਦ ਆਇਆ ਹੈ। ਸਿਕਿਉਰਿਟੀ ਗੇਟ ਸਾਡਾ ਲੈ ਚੁੱਕਿਆ, ਗੱਡੀ ਚੱਲੀ ਆਉਣਾ ਗਾ, ਉੱਥੇ ਹੀ ਕਲੈਡਿੰਗ ਉਤਾਰਾਂਗੇ ਆਪਣੀ। ਇਹ ਵੀ ਹੱਥ ਪਾ ਲਈ ਹੈ ਏਟੀਐਮ ਵਾਲਾ, ਤਾਂ ਭਾਈ ਸਾਡੇ ਉੱਤੇ ਹੀ ਚਾੜ ਦੇਣ ਲੱਗਾ ਕਿਤੇ। ਆਪਣੀ ਵੇਖਿਓ, ਸੁਭਾਅ ਸੁਭਾਅ ਪਹਿਲੇ ਸੱਟ ਪਾ ਗਏ, ਨੀਲ ਪੈ ਗਿਆ, ਵੱਜ ਗਿਆ ਦਰਵਾਜ਼ਾ। ਲੈ ਆ ਗਈ ਸਰਕਾਰ ਸਾਡੀ ਏਟੀਐਮ ਮਸ਼ੀਨ, ਸੈਟ ਕਰ ਰਹੇ ਹਾਂ। ਸਰਕਾਰ ਏਟੀਐਮ ਮਸ਼ੀਨ ਸਾਡੇ ਲਾ ਰਹੇ ਨੇ ਮੁੰਡੇ, ਦਰਵਾਜ਼ਾ ਸਿਕਿਉਰਿਟੀ, ਏਟੀਐਮ ਮਸ਼ੀਨ, ਏਟੀਐਮ ਮਸ਼ੀਨ ਦਾ ਅਗਲਾ ਹਿੱਸਾ। ਸੁਬਹ ਸੁਬਹ ਭਾਈ ਪੱਖਾ ਢਿੱਡ ਮਜ਼ਦੂਰੀ ਨਹੀਂ, ਇਸ ਲਈ ਹੀ ਲੈਣ ਲੱਗੇ ਹਾਂ ਪਾਣੀ, ਫਿਰ ਲੈ ਲਿਆ ਨਾਸ਼ਤਾ। ਬੜੇ ਭਾਈ ਪਾਣੀ ਲੈ ਕੇ ਜਾ ਰਹੇ ਹੋ ਕਿਤੇ? ਭਾਈ ਸਾਡਾ ਦੁਕਾਨ ਵਾਲੇ ਨਾਲ ਵੀ ਧਾਰ ਚਾਲੂ ਹੈ, ਮੱਕਰ ਨੂੰ ਪਾਣੀ ਦੇ ਦਿੱਤਾ, ਹੁਣ ਇਹ ਸਰਕਾਰ ਆਪਣੀ ਜਗ੍ਹਾ ਕਨਫਰਮ ਕਰਨ ਲੱਗੇ ਹਾਂ ਤਾਂ ਕਿ ਕਲੈਡਿੰਗ ਉਤਾਰ ਸਕੀਏ। ਇੱਥੇ ਯਾਰ ਐਂ ਵੀ ਲਾ ਕੇ ਰੱਖ ਲੈਂਦੇ ਹਾਂ ਜ਼ਰਾ ਹੀ ਜ਼ਰਾ, ਆਹੋ ਇੱਥੇ ਜਾ ਭਾਈ ਆਪਣੇ ਕਲੈਡਿੰਗ ਉਤਾਰਨੇ ਆ। ਆਹ
ਇੱਥੇ ਸਰਕਾਰ ਟਰਾਲਾ ਲੱਗਣਾ, ਗੱਡੀ ਇੱਥੇ ਲੱਗੀ ਹੋਈ ਹੈ, ਬੰਦਾ ਲੱਭ ਰਹੇ ਹਾਂ ਗੱਡੀ ਵਾਸਤੇ, ਇੱਕ ਤਾਂ ਗੱਡੀ ਕਢਾ ਸਕੀਏ, ਟਰਾਲਾ ਇੱਥੇ ਲੱਗੇ ਆ, ਜਗ੍ਹਾ ਕਲੈਡਿੰਗ ਲਾ ਕੇ ਰੱਖ ਲਈਏ, ਕਿਉਂਕਿ ਸਾਡਾ ਕੰਮ ਸਟਾਰਟ ਹੁੰਦਾ ਕੋਈ ਯਾਰ ਇੱਕ ਘੰਟੇ ਤੋਂ ਲੱਗਣੇ ਨੇ, ਅਤੇ ਕਲੈਡਿੰਗ ਉੱਥੇ ਰੋਡ 'ਤੇ ਖਰਾਬ ਨਾ ਹੋਈਏ, ਕੋਈ ਗੱਡੀ ਨਾ ਉੱਥੇ ਚਾੜ ਦੇ, ਇਸ ਲਈ ਸੋਚਿਆ ਕਿ ਇੱਥੇ ਉਤਾਰ ਕੇ ਰੱਖ ਲਈਏ। ਸਰ ਭਾਈ ਟਰਾਲਾ ਸਾਡੇ ਕਰਾਉਂਦੇ ਨੂੰ, ਸਾਡੇ ਏ ਟੀ ਐੱਮ ਮਸ਼ੀਨ ਫਿਕਸ ਹੋ ਗਈ ਅੰਦਰ, ਬੰਦੇ ਦੀ ਸੈਟਿੰਗ ਵੈਟਿੰਗ ਕਰ ਰਹੇ ਨੇ। ਚਲੋ ਯਾਰ ਓਏ, ਉੱਥੇ ਗੱਡੀ ਖਲੋਤੀ, ਉਹ ਗੱਡੀ ਨਿਕਲਣੀ ਤਾਂ ਲੱਗਣੀ ਹੈ ਨਾ। ਸਰਕਾਰ ਕਲੈਡਿੰਗ ਲਾ ਦਿੱਤੀ ਹੈ, ਏ ਟੀ ਐੱਮ ਮਸ਼ੀਨ ਵੀ ਮਾਸ਼ਾਅੱਲਾ ਫਿਟਿੰਗ ਹੋ ਗਈ ਸਾਡੀ, ਵੇਖ ਰਹੇ ਫਸਟ ਕਲਾਸ ਹੋ ਗਿਆ ਕੰਮ, ਅੱਲਾ ਆਪਾਂ ਖਿਆਲ ਰੱਖੇ, ਬੰਦੇ ਵਿਹਲੇ ਹੋ ਗਏ ਨੇ। ਆਹ ਹੁਣ ਅਸੀਂ ਦਰਵਾਜ਼ਾ ਲਾਉਣਾ ਉਸ ਜਗ੍ਹਾ 'ਤੇ, ਸਭ ਤੋਂ ਪਹਿਲਾਂ ਟਰਾਲੇ ਵਾਲੇ ਨੂੰ ਪੈਸੇ ਟ੍ਰਾਂਸਫਰ ਕਰਨਾ ਬੈਂਕ 'ਚ। ਮਾਸ਼ਾਅੱਲਾ ਜੀ, ਸਾਡਾ ਪਿੰਡ ਦੇ ਵਿੱਚ ਪਿੰਡ ਵਾਲਾ ਨਾਸ਼ਤਾ ਹੋ ਗਿਆ, ਕਰੀਮ ਦਹੀਂ ਲੱਸੀ ਨਾਲ ਜੈਤੂਨ ਦੇ ਬੇਰ, ਆਹ ਭਾਈ ਤਿਲਾਂ ਦਾ ਹਲਾਵਾ ਰਿਹਾ, ਮਾਸ਼ਾਅੱਲਾ ਬੜਾ ਮਜ਼ਾ ਆਇਆ ਉਸ ਤੋਂ ਬਾਅਦ। ਪਿੰਡ ਦੇ ਵਿੱਚ ਭਾਈ ਬਹਿ ਕੇ ਰੋਟੀ ਖਾਣ ਦਾ ਮਜ਼ਾ ਵੀ ਤਾਂ ਪਿੰਡਾਂ ਆ ਰਹੀ ਹੈ। ਆਹ ਵੇਖ ਲਓ ਭਾਈ ਪੱਠੇ ਵੀ, ਆਹ ਭਾਈ ਬੰਦਾ ਓਨਰ ਹੈ, ਵੱਢ ਕੇ ਲੈ ਕੇ ਆਇਆ ਖੋਤਾ ਰੇੜੀ ਦੇ ਹਿਸਾਬ 'ਤੇ, ਵੇਖ ਲਓ ਗੱਡੀਆਂ ਰੱਖੀਆਂ ਨੇ, ਇਹੋ ਜਿਹੀ ਗੱਡੀ ਪਾਕਿਸਤਾਨ ਹੋਵੇ ਨਾ ਇਮਰਾਨ ਸਾਹਿਬ, ਅਤੇ ਮੈਂ ਨਾ ਚੌਧਰੀਆਂ ਦਾ ਪਰਾਂ ਖਲੋ ਹੈ। ਮਸਲਾ ਬਣ ਚੁੱਕਿਆ ਸਰਕਾਰ ਸਾਡਾ ਚੰਗਾ ਅੱਛਾ ਖਾਸਾ, ਕਿ ਅਸੀਂ ਜਦੋਂ ਹਿਲਟੀ ਲਿਆਉਣੀ ਆਪਣੀ ਭੁੱਲ ਗਏ ਹਾਂ, ਰੱਖਣੀ ਭੁੱਲ ਗਏ ਹਾਂ ਗੱਡੀ ਵਿੱਚ, ਜ਼ਿਹਨ 'ਚ ਨਹੀਂ ਰਿਹਾ ਸਮਾਨ ਦੂਸਰਾ ਲੋਡ ਕਰ ਲਿਆ, ਤਾਂ ਹੁਣ ਸਾਨੂੰ ਹਿਲਟੀ ਨਹੀਂ ਲੱਭ ਰਹੀ। ਅਸੀਂ ਕਿਰਾਏ 'ਤੇ ਵੇਖ ਰਹੇ ਹਾਂ ਕਿਸੇ ਦੁਕਾਨ ਤੋਂ ਹਿਲਟੀ ਲੱਭ ਜੇ, ਜਿਹੜਾ ਇਹ ਆਪਣਾ ਦਰਵਾਜ਼ਾ ਫਿਟਿੰਗ ਕਰ ਸਕੀਏ। ਛੋਟੀ ਡੋਰ ਵਿੱਚ ਫਿਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਹਿੱਸਾ ਨਾ ਇੰਨਾ ਇੰਨਾ ਟੁੱਟੇਗਾ, ਮੇਰਾ ਨਾ ਕਾਨ 'ਚ ਇਹ ਹਿੱਸਾ ਥੋੜ੍ਹਾ ਜਿਹਾ। ਅੱਛਾ, ਇਹ ਹਕੀਕਤੀ ਗੱਲ ਹੈ, ਆ ਪਰਦੇਸ਼ 'ਚ ਆ ਕੇ ਬੰਦੇ ਸਾਰਾ ਕੁਛ ਕਰਦੇ ਨੇ, ਕਿਉਂ ਇਮਰਾਨ? ਇਮਰਾਨ ਭਾਈ ਹੁਣ ਵੇਖ ਰਹੇ ਸਫਾਈ ਕਰ ਰਹੇ ਨੇ, ਇਹ ਕਰਮ ਵਾਲੇ ਘਰ ਕਰਦੇ ਹੁੰਦੇ ਨਾ, ਅਤੇ ਮੈਂ ਨਾ ਜਿਹੜੇ ਬੰਦੇ ਨੇ ਵੇਲਣਾ ਬੁੱਢੀ ਦੇ ਥੱਲੇ ਲੱਗਾ, ਅਤੇ ਪਰਦੇਸ਼ 'ਚ ਮੈਂ ਨਾ ਪੈਸੇ ਕਮਾਉਣ ਵਾਸਤੇ ਬੰਦੇ ਨੂੰ ਕੀ ਨਹੀਂ ਇੱਥੇ ਕਰਨਾ ਪੈਂਦਾ, ਕਈ ਐਸੇ ਸਾਜ ਛੈਣੀ ਥੋੜ੍ਹੀ ਨਾਲ ਲੱਗੇ ਹਾਂ ਝਾੜਾਂ ਨਾ, ਇਹ ਜੋ ਮੈਂ ਝਾੜਿਆ ਹੁਣ ਬੜੀ ਖਰਾਬ ਲੱਗੇ ਨੇ, ਆਗੇ ਕੰਮ ਹੀ ਕਦੇ ਕੀਤਾ ਨਹੀਂ, ਅਸੀਂ ਥੱਲੇ ਨਾ ਨੁੱਕਰ 'ਤੇ ਸੜਨਾ ਮਾਰੀ, ਅੱਗੇ ਤਰੇੜ ਆ ਗਈ ਆ, ਮੈਨੂੰ ਖਸ਼ਾ ਕੇ ਤਾਂ ਇਹਨਾਂ ਢੇਲਾ ਨਿਕਲ ਜੇ। ਭਾਈ ਆ ਛੋਟੀ ਤੌੜੀ ਲਿਆਉਂਦੇ ਇਹਦੇ ਨਾਲ ਉਹਦੇ ਕੋਲੋਂ, ਉਹਦਾ ਨਾ ਉੱਤੋਂ ਵੈਲਡਿੰਗ ਟੁੱਟ ਗਿਆ ਸੀ, ਉਹ ਲੈਣ ਗਏ ਉਹਨੇ ਸਾਨੂੰ ਦੇ ਦਿੱਤਾ, ਨਾ ਪਤਾ ਲੱਗਦਾ ਵੇਲਚਾ ਅਤੇ ਨਾ ਪਤਾ ਲੱਗਦਾ ਥੋੜ੍ਹਾ, ਅਸੀਂ ਹੁਣ ਇੰਝ ਹੀ ਭਾਈ ਗੁਜ਼ਾਰਾ ਕਰ ਰਹੇ ਹਾਂ। ਫਿਰ ਸਾਰੀ ਬੜਾ ਮਸਲਾ ਬਣ ਗਿਆ, ਫਿਰ ਉੱਥੇ ਕਿੰਨੀ ਕਿੰਨੀ ਦੀਵਾਰ ਤੋੜੀ ਅਤੇ ਬੜਾ ਔਖਾ ਟੁੱਟ ਰਿਹਾ ਭਾਈ, ਬੜਾ ਡਾਢਾ ਸੀਮਟ ਲੱਗਾ, ਸੰਘਣਾ ਸੀਮਟ ਲਾਇਆ ਸੀ ਤਾਂ ਕਿ ਏ ਟੀ ਐੱਮ ਦਾ ਦਰਵਾਜ਼ਾ ਸਹੀ ਨਾਲ ਫਿਟਿੰਗ ਕਰ ਸਕੇ, ਪਰ ਉਹ ਸਾਰਾ ਕੰਮ ਸਾਡਾ ਨਾ ਖਤਰੇ 'ਚ ਵੜ ਗਿਆ, ਹੁਣ ਉਲਟੀ ਮਿਹਨਤ ਕਰਨੀ ਪੈਂਦੀ ਇਹਨੂੰ ਤਾਂ ਕਰਨ ਵਾਸਤੇ। ਦਰਵਾਜ਼ਾ ਸਰਕਾਰ ਫਿਟਿੰਗ ਹੋ ਗਿਆ ਅਲਹਮਦੁਲਿਲਾ, ਪਰ ਗਰਮੀ ਆ ਨਾਲ ਨਾ ਕੁੱਤੇ ਨਾਲ ਵਾਹਲੀ ਭੈੜੀ ਭਾਈ ਜ਼ੁਬਾਨ ਨਿਕਲ ਆਈ ਹੈ, ਬਹੁਤ ਜ਼ਿਆਦਾ ਗਰਮੀ ਹੈ, 51 ਦਾ ਟੈਂਪਰੇਚਰ ਗਿਆ ਇੱਥੇ, ਉੱਥੇ ਸ਼ਿਖਰ ਦੁਪਹਿਰੇ ਭਾਈ ਲੱਗੇ ਹਾਂ, ਅਸੀਂ ਤਾਂ ਹੁਣ ਚੱਲੇ ਹਾਂ ਦਰਵਾਜ਼ਾ ਅਲਹਮਦੁਲਿਲਾ ਫਿਟਿੰਗ ਕਰ ਲਿਆ,
ਫਿਰ ਇੱਥੇ ਮਾਸ਼ਾਅੱਲਾ ਰੰਗ ਵੱਜ ਗਿਆ, ਇਹ ਭਰੀ ਜਾਣੇ ਨੇ ਖੱਪੇ। ਫਿਰ ਹੁਣ ਕਰਾਂਗੇ ਭਾਈ ਦੁਪਹਿਰ ਦੀ ਰੋਟੀ ਛੋਟੀ ਖਾ ਕੇ ਆ ਕੇ, ਨਾਲੇ ਜ਼ਰਾ ਧੁੱਪ ਡਾਊਨ ਹੋਈ ਹੈ ਸੂਰਜ ਜ਼ਰਾ, ਕਿਉਂਕਿ ਇੰਨੀ ਗਰਮੀ 'ਚ ਕੰਮ ਕਰਨਾ ਭਾਈ ਬਹੁਤ ਔਖਾ। ਕਮਰਾ ਇਹ ਵੀ ਉੱਤੇ ਏਡੀ ਉੱਤੇ ਛੱਤ ਨਹੀਂ ਆ, ਉੱਤੋਂ ਵੀ ਸੇਕ ਪੈ ਰਿਹਾ, ਥੱਲੋਂ ਵੀ ਪੈ ਰਿਹਾ, ਜਿਹਦੇ ਨਾਲ ਦਿਲ ਨੂੰ ਬਹੁਤ ਜ਼ਿਆਦਾ ਸੌੜ ਪਈ ਹੋਈ ਸਰਕਾਰ। ਠੀਕ ਹੁਣ ਚੱਲੇ ਜਾ ਖਾਣਾ ਛਾਣਾ ਖਾਵਾਂਗੇ, ਝੱਟ ਘਰ ਰੈਸਟ ਕਰਾਂਗੇ ਅਤੇ ਫਿਰ ਇਨਸ਼ਾਅੱਲਾ ਠੰਡੇ ਟਾਈਮ ਨਾਲ ਆ ਕੇ ਆਪਣਾ ਕੰਮ ਸਟਾਰਟ ਕਰਾਂਗੇ। ਓਕੇ ਹੋ ਗਿਆ ਸਰਕਾਰ ਆਪਣਾ ਚਾਰ ਤੋਂ।